मॉडल टाउन मंडल जालंधर में नववर्ष के संबंध में श्री सुखमनी साहिब जी का पाठ करवाया गया, जिसकी समाप्ति के पश्चात कीर्तनी जत्थों ने कीर्तन और कथा वाचकों ने कथा कर उपस्थित संगतों को गुरु चरणों से जोड़ा। इस मौके पर गुरु का तुट लंगर भी वितरित किया गया, जिसकी शुरुआत एक्सियन मॉडल टाउन मंडल जालंधर जसपाल सिंह पाल, एसडीओ मॉडल हाउस उमेश कुमार शर्मा, एसडीओ आबादपुरा भगवान दास, एसडीओ मॉडल टाउन गौरव वीर सिंह ने विशेष रूप से शिरकत कर की और समूह कर्मचारियों द्वारा सभी कार्य सही ढंग से चलने के लिए अरदास की। इन सभी कार्यों को पूरा करने के लिए जेई मुकुल शर्मा, जेई करणप्रीत, क्लर्क जसमीत सिंह और मॉडल टाउन मंडल के प्रधान प्रद्युम्न शर्मा और भेसराज ने अपना विशेष योगदान दिया। बंधन तोर भय निर्वैर, वाहे गुरु वाहे गुरु वाहे गुरु, 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 वाहे गुरु वाहे गुरु वाहे गुरु जी, वाहे गुरु। सतनाम वाहे गुरु, सतनाम वाहे गुरु जी, सतनाम वाहे गुरु, सतनाम वाहे गुरु जी, वाहे गुरु वाहे गुरु वाहे गुरु, वाहे गुरु वाहे गुरु वाहे गुरु, हरे पढ़ो जी, वाहे गुरु वाहे गुरु वाहे गुरु, वाहे गुरु वाहे गुरु वाहे गुरु। हर साल की तरह नवे साल के संबंध में श्री सुखमनी साहब का पाठ असीं हर साल कराने हैं। इस साल भी साडे मानयोग एक्शन जसपाल सिंह जी पाल की देख रेख हेठ यह अज फंक्शन किया जा रहा है, क्योंकि बिजली बोर्ड से साडे बड़िया मनभागिया घटना हो जाए। असं ये चाहते हैं कि हर साल सुख शांति नाल साडा ये साल निकले, तो अगले साल नूं फिर असीं पाठ कराइए। असीं परमात्मा का ओड़ आसरा लैके अज पहली तरीक तो शुरू कर जा रहे हैं। परमात्मा और वाहिगुरु परमपिता परमात्मा सारिया का जिहड़ा सिर ते मेहर भरे हाथ रखे, तो सारे सही तरीके नाल काम हो। वाहिगुरु जी का खालसा, वाहिगुरु जी की फतेह। गुरु प्यारिओ, अज मॉडल टाउन डिवीजन के अधीन जिन्हें भी बिजली दफ्तर है, मॉडल टाउन सब डिवीजन, आबादपुरा सब डिवीजन, कमर्शियल सब डिवीजन, तो मॉडल हाउस सब डिवीजन, उतों के समूह मुलाजम मानयोग एक्शन सीनियर एक्शन साहबान जसपाल सिंह जी पाल, सारे एस टू साहबान, तो समूह इंजीनियर जे जी साहबान, तो समूह मुलाजम साथियों के वलों, समूह संगत के वलों, अज जो 2023
ਸਾਲ ਸੀ ਉਸ ਤੋਂ ਸਮਾਪਤੀ ਤੋਂ ਬਾਅਦ ਜੋ ਕੁਝ ਮੁਲਾਜ਼ਮ ਸਾਥੀਆਂ ਦੇ ਵੱਲੋਂ ਸੇਵਾ ਦੇ ਦੌਰਾਨ ਪਬਲਿਕ ਦੀ ਸੇਵਾ ਦੇ ਦੌਰਾਨ ਖਪਤਕਾਰਾਂ ਦੀ ਸੇਵਾ ਨਿਭਾਉਂਦਿਆਂ ਜੋ ਵੀ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਉਹ ਵਾਹਿਗੁਰੂ ਜੀ ਬਖਸ਼ਿਸ਼ ਕਰਨ ਅਤੇ ਜੋ ਨਵਾਂ ਸਾਲ ਚੜ੍ਹਿਆ 2024 ਅਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਦੇ ਕਰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ 2024 ਸਾਲ ਜਿਹੜਾ ਸਮੂਹ ਸੰਗਤਾਂ ਦੇ ਵਾਸਤੇ ਸਮੂਹ ਖਪਤਕਾਰਾਂ ਦੇ ਵਾਸਤੇ ਜਿਹੜਾ ਖੁਸ਼ੀਆਂ ਭਰਿਆ ਬਤੀਤ ਹੋਵੇ, ਮਿਲੋ ਵਰਤੋਂ ਦੇ ਨਾਲ ਤੰਦਰੁਸਤੀ ਦੇ ਪਰਮਾਤਮਾ ਬਖਸ਼ਿਸ਼ ਕਰੇ, ਚੜ੍ਹਦੀ ਕਲਾ ਰੱਖਣ। ਅਤੇ ਕਿਉਂਕਿ ਸਾਡਾ ਜਿਹੜਾ ਇਹ ਜੀਵਨ ਹੈ ਬਿਜਲੀ ਮੁਲਾਜ਼ਮਾਂ ਦਾ, ਕਿਉਂਕਿ ਬਹੁਤ ਹੀ ਰਿਸਕ ਭਰਿਆ ਸਾਰਿਆ ਜਿਹੜਾ, ਬਹੁਤ ਗਰਮੀ ਦੇ ਵਿੱਚ, ਬਹੁਤ ਸਰਦੀ ਦੇ ਵਿੱਚ, ਬਰਸਾਤਾਂ ਦੇ ਵਿੱਚ, ਕਿਸੇ ਵੀ ਤਰ੍ਹਾਂ ਦਾ ਮੌਸਮ ਹੁੰਦਾ, ਅਤੇ ਉਸਦੇ ਦਰਮਿਆਨ ਸਾਨੂੰ ਜੋ ਖਪਤਕਾਰਾਂ ਦੀ ਸਪਲਾਈ ਨੂੰ ਚਾਲੂ ਰੱਖਣ ਦੇ ਵਾਸਤੇ, ਉਹਨਾਂ ਨੂੰ ਸੇਵਾਵਾਂ ਦੇਣ ਦੇ ਵਾਸਤੇ ਜਿਹੜਾ ਹਰ ਹਾਲਤ ਵਿੱਚ ਉਹ ਔਖੇ ਸੌਖੇ ਸਮੇਂ ਦੇ ਵਿੱਚ ਕੰਮ ਕਰਨਾ ਪੈਂਦਾ, ਅਤੇ ਅਸੀਂ ਉਹ ਗੁਰੂ ਮਹਾਰਾਜ ਜੀ ਤੋਂ ਓਟ ਆਸਰਾ ਲੈਣ ਲਈ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੁਬਾਰਕ ਚਰਨ ਜਿਹੜੇ ਹੈ ਉਹ ਇਸ ਦਫ਼ਤਰ ਦੇ ਵਿਖੇ ਪੁਆਏ ਹੈ। ਸੁਖਮਨੀ ਸਾਹਿਬ ਜੀ ਦੇ ਪਾਠ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਭੈਣਾਂ ਮਾਤਾਵਾਂ ਵੱਲੋਂ ਕੀਤੇ ਗਏ ਆ। ਸੋ ਕਿਉਂਕਿ ਜਦੋਂ ਗੁਰਬਾਣੀ ਦਾ ਜਿਸ ਜਗ੍ਹਾ 'ਤੇ ਪ੍ਰਵਾਹ ਚੱਲਦਾ ਹੈ ਉਸ ਜਗ੍ਹਾ ਨੂੰ ਜਿਹੜਾ ਭਾਗ ਲੱਗ ਜਾਂਦੇ ਹੈ, ਦੁੱਖਾਂ ਦਾ ਨਾਸ ਹੋ ਜਾਂਦਾ ਅਤੇ ਸੁੱਖ ਹੀ ਸੁੱਖ ਪ੍ਰਵੇਸ਼ ਕਰ ਜਾਂਦੇ ਹੈ। ਸੋ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਬੇਨਤੀ ਕਰਾਂਗੇ ਕਿ ਸਾਡੇ ਸਾਰੇ ਮੁਲਾਜ਼ਮਾਂ ਨੂੰ ਉੱਦਮ ਬਖਸ਼ਣ, ਇਸੇ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ ਦਾ ਜੋ ਉਪਦੇਸ਼ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਜਿਹੜਾ ਉਸ 'ਤੇ ਚੱਲਦਿਆਂ ਇਸੇ ਤਰ੍ਹਾਂ ਆਪਣੇ ਤਨ ਮਨ ਧਨ ਦੀ ਕਮਾਈ ਨੂੰ ਸਫਲਾ ਕਰਦਿਆਂ ਉਹ ਖਪਤਕਾਰਾਂ ਦੀ ਸੰਗਤਾਂ ਦੀ ਸੇਵਾ ਦੇ ਨਾਲ ਜੁੜੇ ਰਹਿਣ, ਅਤੇ ਪਰਮਾਤਮਾ ਸਾਨੂੰ ਹੋਰ ਵੀ ਉੱਦਮ ਬਖਸ਼ੇ ਅਤੇ ਤੰਦਰੁਸਤੀਆਂ ਬਖਸ਼ਿਸ਼ ਕਰੇ, ਮੇਲ ਮਿਲਾਪ ਬਖਸ਼ਿਸ਼ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਂ ਮੰਗਲਾਮੁਖੀ ਧਾਮ ਵਿੱਚ ਸੰਪੂਰਨ ਫਲਦਾਈ ਮਾਸਿਕ ਹਵਨ ਯੱਗ ਕੇ ਉਪਲਕਸ਼ ਪਰ ਧਾਮ ਕੇ ਸੰਸਥਾਪਕ ਏਵਮ ਸੰਚਾਲਕ ਨਵਜੀਤ ਭਾਰਦਵਾਜ ਜੀ ਨੇ ਆਏ ਹੋਏ ਮਾਂ ਭਕਤੋ ਕੋ ਆਪਣੇ ਮਧੁਰ ਭਜਨੋ ਸੇ ਨਿਹਾਲ ਕੀਆ। ਇਸ ਅਵਸਰ ਪਰ ਰਾਸ਼ਟਰੀ ਅਨੁਸੂਚਿਤ ਜਾਤੀ ਕੇ ਚੇਅਰਮੈਨ ਵਿਜੇ ਸਾਂਪਲਾ, ਪੰਜਾਬ ਕੰਟੇਨਰ ਐਂਡ ਵੇਅਰ ਹਾਊਸ ਕੇ ਚੇਅਰਪਰਸਨ ਰਾਜਵਿੰਦਰ ਕੌਰ, ਥਿਆੜਾ ਪੂਰਵ CPS KD ਭੰਡਾਰੀ ਨੇ ਵਿਸ਼ੇਸ਼ ਤੌਰ ਪਰ ਸ਼ਿਰਕਤ ਕਰ ਆਸ਼ੀਰਵਾਦ ਪ੍ਰਾਪਤ ਕੀਆ। ਜਿਸਕੇ ਬਾਅਦ ਨਵਜੀਤ ਭਾਰਦਵਾਜ ਨੇ ਕਲਯੁਗ ਮੇਂ ਧਰਮ ਕੀ ਮਨੁਸ਼ਯ ਕੋ ਕਿਤਨੀ ਆਵਸ਼ਕਤਾ ਹੈ ਕਿ ਬਾਰੇ ਮੇਂ ਵਿਆਖਿਆਨ ਕਰਤੇ ਹੋਏ ਕਿਹਾ ਕਿ ਜੋ ਮਨੁਸ਼ਯ ਕੋ ਅਧੋਗਤੀ ਮੇਂ ਜਾਣੇ ਸੇ ਬਚਾਏ ਵਹੀ ਧਰਮ ਹੈ। ਇਸਕੇ ਵਿਪਰੀਤ ਜੋ ਏਕ ਮਨੁਸ਼ਯ ਕੋ ਦੂਸਰੇ ਮਨੁਸ਼ਯ ਸੇ ਲੜਾਏ ਵਹ ਅਧਰਮ ਹੈ। ਲੇਕਿਨ ਧਰਮ ਕੋ ਇਨ ਪਰਿਭਾਸ਼ਾਓਂ ਮੇਂ ਬਾਂਧ ਕਰ ਨਹੀਂ ਰੱਖਾ ਜਾ ਸਕਤਾ। ਵਾਸਤਵ ਮੇਂ ਧਰਮ ਇਸਸੇ ਕਹੀਂ ਵਿਆਪਕ ਹੈ। ਇਸ ਅਵਸਰ ਪਰ ਸ਼੍ਰੀਕੰਠ ਜੱਜ ਜੋਗਿੰਦਰ ਸਿੰਘ, ਰਾਕੇਸ਼ ਪ੍ਰਭਾਕਰ, ਬਲਜਿੰਦਰ ਸਿੰਘ, ਐਡਵੋਕੇਟ ਰਾਜਕੁਮਾਰ, ਨਿਰਮਲ ਸ਼ਰਮਾ, ਸ਼ਵੇਤਾ ਭਾਰਦਵਾਜ, ਪੂਨਮ ਪ੍ਰਭਾਕਰ, ਪੂਜਾ ਗਜ਼ਲ, ਜੋਤੀ ਚੱਡਾ, ਸਰੋਜ ਬਾਲਾ, ਅਮਰਜੀਤ ਸਿੰਘ, ਬਾਬਾ ਜੋਸ਼ੀ, ਸੌਰਭ ਅਰੋੜਾ, ਕਿਵਿਨ ਸ਼ਰਮਾ, ਨਵਦੀਪ ਉਦੇ, ਅਭਿਨੰਦਨ ਪ੍ਰਭਾਕਰ, ਅਜੀਤ ਕੁਮਾਰ, ਅਸ਼ਵਨੀ ਸ਼ਰਮਾ ਧੂਪਵਾਲੇ, ਮੁਨੀਸ਼ ਸ਼ਰਮਾ, ਦਿਸ਼ਾਂਤ ਸ਼ਰਮਾ, ਅਮਰਿੰਦਰ ਸ਼ਰਮਾ, ਮਾਨਵ ਸ਼ਰਮਾ, ਬਾਬਾ ਖੰਨਾ, ਵਿਵੇਕ ਸ਼ਰਮਾ, ਸ਼ਾਮ ਲਾਲ, ਅਭਿਲਕਸ਼ੇ ਚੁਗ, ਸੁਨੀਲ, ਰਾਜੀਵ, ਰਾਜਨ ਸ਼ਰਮਾ, ਪ੍ਰਿੰਸ ਠਾਕੁਰ, ਬਲਦੇਵ ਸਿੰਘ, ਅਜੀਤ ਸਾਹੂ, ਪ੍ਰਵੀਨ, ਦੀਪਕ, ਅਨੀਸ਼ ਸ਼ਰਮਾ, ਸਾਹਿਲ, ਮਨੀ ਸਿੰਘ, ਸੁਨੀਲ ਜੱਗੀ ਸਹਿਤ ਬੜੀ ਸੰਖਿਆ ਵਿੱਚ ਸ਼ਰਧਾਲੂ ਮੌਜੂਦ ਰਹੇ। ਆਰਤੀ ਉਪਰੰਤ ਪ੍ਰਸਾਦ ਰੂਪੀ ਲੰਗਰ ਕਾ ਵੀ ਆਯੋਜਨ ਕੀਆ ਗਿਆ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਰੇਂਦਰ ਬਾਵਾ ਕੀ ਰਿਪੋਰਟ।
ਪੂਜਨੀਏ ਨਵਜੀਤ ਜੀ ਦਾ ਵੀ ਬਹੁਤ ਆਭਾਰੀ ਹੈ, ਔਰ ਆਪਣੇ ਛੋਟੇ ਭਾਈ ਜੱਜ ਸਾਹਿਬ ਦਾ ਜਿਹਨਾਂ ਨੇ ਸੁਨੇਹਾ ਲਾਇਆ ਵੀ ਤੁਸੀਂ ਅੱਜ ਆ ਕੇ ਮਾਤਾ ਦੇ ਦਰਬਾਰ ਦੇ ਵਿੱਚ ਸ਼ੀਸ਼ ਨਿਭਾਉਣਾ ਮੈਂ, ਉਹ ਨਵਾਂ ਸਾਲ ਇੱਥੋਂ ਲੈ ਕੇ ਜਾਣਾ ਮੈਂ, ਅਤੇ ਮੈਂ ਮਾਂ ਅੱਗੇ ਅਰਦਾਸ ਕਰੂੰਗਾ ਨਵਜੀਤ ਜੀ ਮਹਾਰਾਜ ਜੀ ਨੂੰ ਮਹਾਰਾਣੀ ਲੰਬੀ ਉਮਰ ਦੇਵੇ, ਤੰਦਰੁਸਤ ਰੱਖੇ, ਔਰ ਜੋ ਇਹਨਾਂ ਨੇ ਪੀੜਾ ਚੁੱਕਿਆ ਹੋਇਆ ਸਾਡੇ ਸਮਾਜ ਨੂੰ, ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਧਰਮ ਨਾਲ ਜੋੜਨ ਵਾਸਤੇ, ਸੰਸਕਾਰਾਂ ਨਾਲ ਜੋੜਨ ਵਾਸਤੇ ਉਹਦੇ ਵਿੱਚ ਅਗਰਨੀ ਹੋ ਕੇ ਮਹਾਰਾਜ ਜੀ ਕੰਮ ਕਰਨ, ਅਸੀਂ ਮਾਂ ਅੱਗੇ ਮੈਂ ਆਰਾਧਨਾ ਕਰਦਾ ਹਾਂ। ਉਹਨਾਂ ਨੂੰ ਬੜੀ ਖੁਸ਼ੀ ਹੋਈ ਹੈ ਮੰਤਰੀ ਜੀ ਦੇ ਵਿਚਾਰ ਸੁਣ ਕੇ, ਮਹਾਮਾਈ ਦੇ ਦਰਬਾਰ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਮੇਰੇ ਵੀਰ ਬਾਬਾ ਜੀ ਨੇ, ਨਵਜੀਤ ਜੀ ਨੇ, ਬਹੁਤ ਬਹੁਤ ਸ਼ੁਕਰੀਆ। ਜੱਜ ਸਾਹਿਬ ਬੈਠੇ ਨੇ ਇੱਥੇ ਆ ਕੇ, ਅੱਜ ਮਨ ਬਹੁਤ ਖੁਸ਼ ਹੋਇਆ, ਜਿਵੇਂ ਭੰਡਾਰੀ ਸਾਹਿਬ ਨੇ ਦੱਸਿਆ ਕਿ ਬਾਕੀ ਲੋਕ ਕੋਈ ਸ਼ਿਮਲੇ ਗਿਆ ਆ, ਕੋਈ ਕਿਤੇ ਨਵਾਂ ਸਾਲ ਮਨਾ ਰਿਹਾ, ਪਰ ਅੱਜ ਜੋ ਮਾਂ ਦੇ ਚਰਨਾਂ ਦੇ ਵਿੱਚ ਬੈਠੀ ਸੰਗਤ ਇੱਥੇ ਨਵਾਂ ਸਾਲ ਮਨਾ ਰਹੀ ਆ, ਵੇਲੇ ਵੀ ਇਹਨਾਂ ਦੇ ਪਾਰ ਹੋਣੇ ਆ, ਕਿਉਂਕਿ ਅੱਜ ਮਹਾਮਾਈ ਦੇ ਦਰਬਾਰ ਦੇ ਵਿੱਚ ਅਸੀਂ ਸਾਰੇ ਇੱਥੇ ਨਵਾਂ ਸਾਲ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਅਸੀਂ ਇੱਥੇ ਅੱਜ ਨਵਾਂ ਸਾਲ ਜਿਹੜਾ ਸੈਲੀਬ੍ਰੇਟ ਕਰ ਰਹੇ ਹਾਂ ਮਾਂ ਦੇ ਦਰਬਾਰ ਦੇ ਵਿੱਚ। ਬਿਨਾਂ ਗੱਲ ਤੋਂ ਹੀ ਰੋਲਾ ਪੈ ਗਿਆ, ਉਹ ਚੱਟ ਚੁੰਮ ਜਾਣੀ ਲੈ ਗਿਆ। ਅੱਜ 2023 ਦੇ ਆਖਰੀ ਦਿਨ ਗੁਲਮੋਹਰ ਸਿਟੀ ਵਿਖੇ ਬਗਲਾ ਮੁਖੀ ਮਾਤਾ ਜੀ ਦੇ ਦਰਬਾਰ 'ਚ ਆਏ। ਅੱਜ ਸਵੇਰ ਦਾ ਇੱਥੇ ਹਵਨ ਕਾਰਜਕ੍ਰਮ ਚੱਲ ਰਿਹਾ ਸੀ, ਔਰ ਮੈਨੂੰ ਹੁਣ ਨਤਮਸਤਕ ਹੋਣ ਦਾ ਸੁਭਾਗਿਆ ਪ੍ਰਾਪਤ ਹੋਇਆ, ਔਰ ਭਾਅ ਜੀ ਨਵਜੀਤ ਜੀ ਦੇ ਕਰ ਕਮਲਾਂ ਦੇ ਨਾਲ ਮਹਾਮਾਈ ਦੇ ਚਰਨਾਂ 'ਚ ਸਾਨੂੰ ਜਿਹੜਾ ਸ਼ੀਸ਼ ਚੁਕਾਉਣ ਦਾ ਮੌਕਾ ਮਿਲਿਆ। ਔਰ ਅਸੀਂ ਦੁਆ ਕਰਦੇ ਹਾਂ ਕਿ ਜਿਹੜਾ 2023 ਸਾਡੇ ਕੋਲ ਅੱਜ ਵਿਦਾ ਹੋ ਰਿਹਾ, ਜਿੱਥੇ ਉਹਨਾਂ ਦੇ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ, ਉਹ ਸਾਰੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਸਾਰਿਆਂ ਦੇ ਲਈ ਮਹਾਮਾਈ ਜਿਹੜਾ ਪੂਰੀਆਂ ਕਰੇ, ਔਰ 2024 ਜਿਹੜਾ ਸਾਰਿਆਂ ਨੇ ਖੁਸ਼ੀਆਂ ਖੇੜੇ ਲੈ ਕੇ ਆਵੇ। ਔਰ ਇਹਦੇ ਨਾਲ ਹੀ ਅਸੀਂ ਇਹ ਵੀ ਕਹਾਂਗੇ ਕਿ ਵੀ ਜਿਹੜੀ ਮਹਾਮਾਈ ਸਾਰਿਆਂ 'ਤੇ ਕਿਰਪਾ ਕਰਦੀ ਹੋਈ ਮੋਦੀ ਜੀ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਦਿਵਯ ਹਵਨ ਯੱਗ ਚੱਲ ਰਿਹਾ ਸੀਗਾ ਮਹਾਮਾਈ ਦੀ ਕਿਰਪਾ ਦੇ ਨਾਲ, ਅੱਜ ਅਲੌਕਿਕ ਮਹਾਂ ਹਵਨ ਯੱਗ ਹੋਇਆ ਹੈ, ਔਰ ਬੜੀ ਦੂਰੋਂ ਦੂਰੋਂ ਆਈ ਸੰਗਤ ਨੇ ਆ ਕੇ ਹਵਨ ਯੱਗ ਦੇ ਵਿੱਚ ਸ਼ਾਮਿਲ ਹੋਏ ਹੈ। ਅੱਜ ਸਾਂਪਲਾ ਜੀ ਸਵੇਰ ਨੂੰ ਵੀ ਆਉਣਾ ਸੀ ਪਰ ਉਹ ਕੁਛ ਰੁਝਾਵਿਆਂ ਕਰਕੇ ਉਪਸਥਿਤ ਨਹੀਂ ਹੋ ਸਕੇ। ਉਹਨਾਂ ਨੇ ਟੈਲੀਫੋਨਿਕਲੀ ਸਾਡੇ ਸੇਵਾਦਾਰਾਂ ਤੋਂ ਮੋਬਾਈਲ ਦੇ ਉੱਤੇ ਵਟਸਐਪ 'ਤੇ ਲਗਾਤਾਰ ਇਨ ਟੱਚ ਰਹੇ, ਔਰ
ਮਾਨਸਿਕ ਰੂਪ ਦੇ ਵਿੱਚ ਮਹਾਮਾਈ ਦੇ ਚਰਣਾਂ ਦੇ ਵਿੱਚ ਜਿਹੜੀਆਂ ਉਸ ਹਵਨ ਯੱਗ ਵਿੱਚ ਆਹੁਤੀਆਂ ਵੀ ਡਾਲੀਆਂ, ਮਹਾਮਾਈ ਇੱਦਾਂ ਹੀ ਆਪਣੇ ਭਗਤਾਂ ਨੂੰ ਆਪਣਾ ਮਿਹਰ ਭਰਿਆ ਆਸ਼ੀਰਵਾਦ ਦੇਵੇ। ਫਿਰ ਅਸੀਂ ਦਾਤੀ ਦੇ ਮੂਹਰੇ ਚਰਣਾਂ 'ਚ ਇਹੀ ਅਰਦਾਸ ਬੇਨਤੀ ਕਰਦੇ ਹਾਂ, ਜਗਦੰਬਾ ਜਿਹੜਾ ਤੇਰੇ ਦਰਬਾਰ 'ਤੇ ਆਇਆ ਆਉਂਦਾ ਜ਼ਰੂਰ ਖਾਲੀ ਹੱਥ ਹੈ, ਪਰ ਜਾਂਦਾ ਕਦੀ ਖਾਲੀ ਹੱਥ ਨਹੀਂ ਹੈ, ਝੋਲੀਆਂ ਭਰ ਕੇ ਜਾਂਦਾ। ਔਰ 2024 ਸਾਰੇ ਮਹਾਮਾਈ ਦੇ ਨਾਮ ਲੇਵਾ ਸੰਗਤ ਲਈ ਸਮੂਹ ਜਿਹੜਾ ਉਹਦੀ ਮਾਂ ਦੀ ਨਾਮ ਲੇਵਾ ਸੰਗਤ ਹੈ ਉਹਦੇ ਲਈ ਵਧਣ ਫੁੱਲਣ ਵਾਲਾ ਹੋਵੇ, ਧਰਮ ਦੀ ਜੈ ਹੋਵੇ ਔਰ ਧਰਮ ਦੇ ਰਕਸ਼ਕਾਂ ਦੀ ਵੀ ਜੈ ਹੋਵੇ, ਔਰ ਜਿਹਦਾ ਵੀ ਧਰਮ ਦਾ ਕੋਈ ਵੀ ਅਹਿਤ ਕਰਦਾ ਉਹ ਮਹਾਮਾਈ ਆਪਣੇ ਆਪ ਉਹਦਾ ਸੰਪੂਰਨ ਵਿਨਾਸ਼ ਕਰੇ। ਇਹਦੇ ਨਾਲ ਹੀ ਅਸੀਂ ਬਹੁਤ ਧੰਨਵਾਦੀ ਹਾਂ ਮਹਾਮਾਈ ਦੇ ਕਿ ਇੱਦਾਂ ਹੀ ਸਾਨੂੰ ਸਾਰੇ ਸੇਵਾਦਾਰਾਂ ਨੂੰ ਜੁੜਿਆ ਹੋਇਆ ਚਰਣਾਂ ਦੇ ਨਾਲ। ਅਸੀਂ ਫਿਰ ਇਹੀ ਦੁਆ ਕਰਦੇ ਹਾਂ ਕਿ ਸਾਰਿਆਂ ਦੇ ਜਿਹੜੇ ਮਨ ਹੈ ਉਹ ਮਹਾਮਾਈ ਨਿਰਮਲ ਕਰੇ ਔਰ ਜਿਹੜੀ ਮੱਤ ਹੈ ਉੱਚੀ ਕਰੇ, ਕਿਸੇ 'ਚ ਮੈਂ ਦਾ ਭਾਵਨਾ ਹੋਵੇ। 2024 ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਨਵ ਵਰਸ਼ ਕੇ ਸ਼ੁਭਾਗਮਨ ਪਰ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਿਰ ਪ੍ਰਬੰਧਕ ਕਮੇਟੀ ਕੀ ਔਰ ਸੇ ਮਾਂ ਕੇ ਪਾਵਨ ਦਰਬਾਰ ਮੇਂ ਵਿਸ਼ੇਸ਼ ਧਾਰਮਿਕ ਸਮਾਗਮ ਕਾ ਆਯੋਜਨ ਕੀਆ ਗਿਆ, ਜਿਸਮੇਂ ਅਲੱਗ ਅਲੱਗ ਪ੍ਰਸਿੱਧ ਭਜਨ ਮੰਡਲੀਓ ਨੇ ਮਾਂ ਭਗਵਤੀ ਕੀ ਮਹਿਮਾ ਕਾ ਗੁਣਗਾਨ ਕਰ ਉਪਸਥਿਤ ਭਕਤੋਂ ਕੋ ਝੂਮਨੇ ਪਰ ਵਿਵਸ਼ ਕਰ ਦਿਆ। ਇਸ ਦੌਰਾਨ ਮੰਦਿਰ ਪ੍ਰਬੰਧਕ ਕਮੇਟੀ ਕੀ ਔਰ ਸੇ ਮੰਦਿਰ ਮੇਂ ਆਨੇ ਵਾਲੇ ਭਕਤੋਂ ਕੇ ਲੀਏ ਅਲੱਗ ਅਲੱਗ ਪ੍ਰਕਾਰ ਕੇ ਵਿਅੰਜਨੋਂ ਕੇ ਲੰਗਰ ਵੀ ਲਗਾਏ ਗਏ, ਤੋ ਵਹੀਂ ਬੜੀ ਸੰਖਿਆ ਮੇਂ ਭਕਤੋਂ ਨੇ ਸ਼੍ਰੀ ਦੇਵੀ ਤਲਾਬ ਮੰਦਿਰ ਮੇਂ ਪਹੁੰਚ ਕਰ ਮਾਥਾ ਟੇਕ ਨਵ ਵਰਸ਼ ਕਾ ਸ਼ੁਭਾਰੰਭ ਕੀਆ। ਜਲੰਧਰ ਸੇ ਹਲਚਲ ਕੇ ਲੀਏ ਕੈਮਰਾਮੈਨ ਸੁਦੇਸ਼ ਭਗਤ ਔਰ ਸੰਦੀਪ ਸ਼ਰਮਾ ਕੀ ਰਿਪੋਰਟ। Thank you.
मनोकामना सिद्ध श्री हनुमान जी मंदिर मंडी फैंटनगंज में महंत बंसीदास महाराज के जन्म उत्सव के उपलक्ष में श्री रामायण जी के पाठ के शुभारंभ विधिवत पूजा अर्चना कर किए गए, जिसका भोग सुबह 10 बजे डाला गया, जिसके बाद महंत बंसीदास के द्वारा हवन यज्ञ करने के पश्चात हनुमान जी महाराज को सवा मणि का भोग लगाया गया और संकीर्तन किया गया। इस अवसर पर भक्तों के लिए भंडारा भी लगाया गया। इस मौके पर राजकुमार अग्रवाल, राकेश वडेरा, राकेश वर्मा, राजू सोनी, रिंकू बाहरी, विकास बाहरी, जुल्का दत्ता, शैलेंद्र दादर, गुलशन अग्रवाल, विकास ढांडा, आशुतोष अंग्रीश, भूपेंद्र अरोड़ा, अतुल खन्ना, मनिंदर जुल्का सहित असंख्य भक्तजन शामिल रहे। जालंधर से हलचल के लिए कैमरामैन संदीप शर्मा के साथ कुश चावला की रिपोर्ट। ठाकुर जी सरकार के पवन चरणों में नमन करते हुए भगवान श्री सीताराम जी की कृपा से और हनुमंत लाल जी महाराज की कृपा से ये यज्ञ जो कल वर्ष के अंत में और आज वर्ष के प्रारंभ हो गए, ये दोनों में 2 वर्ष तक ये यज्ञ माना जाएगा। कल अंत और आज प्रारंभ। कई लोगों को एक बार संयोग से यहाँ हमने लंदन से बुला करके अपने एक मित्र हैं उनको 108 हनुमान चालीसा का पाठ करवाया। उसके बाद कई वर्षों तक मेरे पास आप लोगों में से कई लोगों की ऐसी बातें आती रही कि महाराज जी वर्ष का अंत होता है और जैसे अपने हनुमान जी का पाठ करवाया था वैसे अंत में करिए। इस बार सौरभ ने भी और बहुत सारे ऐसे कई ऐसे रखे हैं, इन लोगों ने भी कहा। संयोग से मेरा जन्मदिन भी 1 जनवरी को आता है। अमृतसर के श्री मारवाड़ी पंचायती मंदिर रघुनाथ जी चौक फवारा में नववर्ष के उपलक्ष्य में श्री गोवर्धन भगवान की पूजा की गई। इस अवसर पर मंदिर के सुनील गुप्ता और विजय सिंघियाना ने बताया कि हर वर्ष की तरह इस वर्ष भी नववर्ष की पूर्व संध्या पर भगवान गोवर्धन जी की पूजा आरती की गई और भजन कीर्तन किया गया। वहीं उन्होंने कहा कि इस मौके पर भगवान को 56 भोग लगाए गए और ब्रह्म भोज के बाद लंगर भी लगाया गया। अमृतसर से हलचल के लिए सुनील खोसला की रिपोर्ट। ਜੀ ਹਰ ਵਰਸ਼ ਦੀ ਭਾਂਤੀ ਇਸ ਵਰਸ਼ ਵੀ ਅਸੀਂ ਸ਼੍ਰੀ ਅੰਨਕੂਟ ਮਹੋਤਸਵ ਗੋਵਰਧਨ ਜੀ ਮਹਾਰਾਜ ਜੀ ਦਾ
ਮਨਾਇਆ ਜੀ। ਸ਼੍ਰੀ ਮਾਵੜੀ ਪੰਚਾਇਤ ਦੇ ਵੱਡਾ ਮੰਦਰ ਚੌਂਕ ਫੁਆਰਾ ਅਗਰ ਸਿੰਘ ਮਹਾਰਾਜ ਜੀ ਦੇ। ਮੇਰਾ ਨਾਮ ਵਿਜੇ ਸਿੰਘਾਨੀਆ ਹੈ ਜੀ। ਸ਼੍ਰੀ ਮਾਲਵਾੜੀ ਪੰਚਾਇਤੀ ਬੜਾ ਮੰਦਿਰ ਸ਼੍ਰੀ ਰਘੁਨਾਥ ਜੀ 'ਚ ਹਰ ਸਾਲ ਦੀ ਭਾਂਤੀ ਗੋਵਰਧਨ ਮਹਾਰਾਜ ਜੀ ਦਾ ਅੰਕੁਟ ਮਹੋਤਸਵ ਅੱਜ ਮਨਾਇਆ ਗਿਆ। ਬੜਾ ਸ਼ਰਧਾ ਔਰ ਧੂਮਧਾਮ ਨਾਲ ਪਹਿਲੇ ਗੋਵਰਧਨ ਜੀ ਦੀ ਪੂਜਾ ਕੀਤੀ ਗਈ ਹੈ, ਉਸ ਤੋਂ ਬਾਅਦ ਆਰਤੀ ਹੋਈ ਹੈ, ਭਜਨ ਕੀਰਤਨ ਹੋਇਆ, ਉਸ ਤੋਂ ਬਾਅਦ ਬ੍ਰਹਮਭੋਜ ਔਰ ਉਸ ਤੋਂ ਬਾਅਦ ਭੰਡਾਰਾ ਸਾਰੇ ਸੰਗਤ 'ਚ ਵਰਤਿਆ ਜਾਏਗਾ। ਇਹ ਹਰ ਸਾਲ ਹੁੰਦਾ ਜੀ। नववर्ष के उपलक्ष्य में मोहल्ला नंबर 17 जालंधर छावनी में मंदिर कमेटी की ओर से संकीर्तन का आयोजन किया गया, जिसमें महिलाओं ने कीर्तन कर माहौल को भक्तिमय रूप प्रदान किया। अंत में अतुट लंगर भी वितरित किया गया। इस मौके पर मंदिर प्रबंधक कमेटी के प्रधान कमल चौहान, अध्यक्ष हरविंदर सिंह पप्पू, प्रभु दयाल, पंडित राजेंद्र शर्मा, राजू, उषा रानी, आशा रानी, निर्मल, लक्ष्य सोडी सहित अन्य भक्तजन भी मौजूद रहे। जालंधर कैंट से हलचल के लिए कैमरामैन जतिन राजपूत की रिपोर्ट। जय श्री राम। श्री सनातन धर्म रामा मंदिर जालंधर कैंट, अध्यक्ष कमल चौहान, चेयरमैन रविंद्र सिंह पप्पू जी, पुजारी जी रविंद्र कुमार राजू जी, नारायण कुमार रैनी, प्रबंधक सभा वालों 2023 विदा करते हुए अभी कीर्तन किया गया, ਜਿਸ ਦੇ ਵਿੱਚ ਹੁਮਾ ਹੁਮਾ ਕੇ ਸੰਗਤ ਆਈ ਹੈ ਔਰ ਉਹਨਾਂ ਨੇ ਆਰਤੀ ਕੀਤੀ ਹੈ। ਉਹਦੇ ਬਾਅਦ ਚਾਰ ਪ੍ਰਸ਼ਾਦ ਨਿਊਡਲ ਹਰੇਕ ਦੀ ਪ੍ਰਸ਼ਾਦ ਲੱਗੇ ਨੇ, ਤਿੰਨ ਚਾਰ ਜਿਹੜੇ ਕਿ ਸੰਗਤ ਨੇ ਪ੍ਰਸ਼ਾਦ ਲਿੱਤਾ ਔਰ ਆਸ਼ੀਰਵਾਦ ਲੈ ਕੇ ਗਏ ਨੇ। ਇਹ ਆਉਣ ਵਾਲਾ ਟਾਈਮ 2024 ਜਿਹੜਾ ਕਿ ਭਾਗਾ ਭਰਿਆ ਆਵੇ ਔਰ ਸੁੱਖ ਸ਼ਾਂਤੀ ਦਾ ਸਾਨੂੰ ਆਵੇ। ਸਭ ਤੋਂ ਵੱਡੇ ਪੂਰੇ ਹਿੰਦੁਸਤਾਨ ਦੇ ਵਿੱਚ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ 2024 ਦੇ ਆਮ ਦੇ ਉੱਤੇ। ਅਸੀਂ ਫਿਰ ਸ਼ੀਤਲ ਬੇਟ ਦੇਵੀ ਤਲਾਬ ਮੰਦਰ ਵੱਲੋਂ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਜ਼ਿਆਦਾ ਜੋ ਕਿ ਆਨੰਦ ਲਿਆ, ਕੀਰਤਨ ਕੀਤਾ ਲੇਡੀਜ਼ ਨੇ ਵੀ ਔਰ ਨਾਰਾਇਣ ਕੁਮਾਰ ਨੰਨੀ ਜੀ ਜੋ ਕਿ ਸਾਡੀ ਸਭਾ ਦੇ ਮੈਂਬਰ ਵੀ ਹੈ, ਔਰ ਮੈਂ ਆਪਣੇ ਵੱਲੋਂ ਆਪਣੇ ਪੂਰੇ ਪਰਿਵਾਰ ਵੱਲੋਂ ਸ਼੍ਰੀ ਸਨਾਤਨ ਧਰਮ ਰਾਮਾ ਮੰਦਰ ਵੱਲੋਂ ਸਾਰਿਆਂ ਨੂੰ ਪੁਰਾਣੇ ਸਾਲ ਦੀ ਵੀ ਲੱਖ ਲੱਖ ਵਧਾਈ, ਜੋ ਕਿ ਨਵਾਂ ਸਾਲ 2024 ਪੂਰੀ ਦੁਨੀਆ ਦੇ ਵਿੱਚ ਧੂਮਧਾਮ ਨਾਲ ਜੋ ਕਿ ਮਨਾਇਆ ਜਾ ਰਿਹਾ। ਅਸੀਂ ਇਹ ਹੀ ਦੁਆ ਆਪਣੇ ਮਾਂ ਚਿੰਤਾਪੂਰਨੀ ਦੇ ਚਰਨਾਂ ਦੇ ਵਿੱਚ, ਮਾਂ ਜਵਾਲਾ ਜੀ, ਮਾਂ ਕਾਂਗੜੇ, ਮਾਂ ਬਗਲਾ ਮੁਖੀ, ਨੌ ਦੇਵੀਆਂ ਦੇ ਚਰਨਾਂ 'ਚ ਇਹੀ ਬੇਨਤੀ ਕਰਦੇ ਹਾਂ ਕਿ ਸਾਰੀ ਦੁਨੀਆ ਦੇ ਉੱਪਰ ਵਧੀਆ ਜੋ ਕਿ 2024 ਸਾਲ ਆਵੇ, ਸਾਰੇ ਹੀ ਖੁਸ਼ੀਆਂ ਭਰਿਆ ਦਿਨ ਮਨਾਉਣ। ਕੱਲ੍ਹ ਤੋਂ ਜੋ ਕਿ ਨਵਾਂ ਸਾਲ ਦੀਆਂ ਆਪਣੇ ਵੱਲੋਂ ਫਿਰ ਆਪਣੇ ਪੂਰੇ ਰਾਮਾ ਮੰਦਰ ਵੱਲੋਂ ਸਭਾ ਵੱਲੋਂ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਇਹ ਹੀ ਮਾਤਾ ਚਿੰਤਪੁਰਨੀ ਦੇ ਚਰਨਾਂ 'ਚ ਬੇਨਤੀ ਹੈ, ਹਨੂੰਮਾਨ ਜੀ ਦੇ, ਬਾਬਾ ਭੈਰਵ ਜੀ ਦੇ, ਕਿ ਸਾਰਿਆਂ ਦੇ ਸੁੱਖ ਸ਼ਾਂਤੀ ਦਾ ਜੋ ਕਿ 2024 ਸਾਲ ਲੈ ਕੇ ਆਉਣ। ਮੰਡਾਲੀ ਸ਼ਰੀਫ ਗੱਦੀ ਨਸ਼ੀਨ ਮੋਹਨ ਬਾਬਾ ਸਾਈਂ ਜੀ ਕੀ ਔਰ ਸੇ ਨਵ ਵਰਸ਼ ਕੇ ਅਵਸਰ ਪਰ ਦੀਪ ਨਗਰ ਜਲੰਧਰ ਛਾਵਨੀ ਮੇ ਚਾਏ ਤਥਾ ਪਕੌੜੋਂ ਕਾ ਲੰਗਰ ਲਗਾਇਆ ਗਿਆ। ਇਸ ਮੌਕੇ ਪਰ ਸਾਈਂ ਮੋਹਨ, ਸੰਜੂ ਮੱਟੂ, ਪ੍ਰਸਿੱਧ ਸਮਾਜ ਸੇਵਕ ਅਜੇ ਪਿਵਾਲ ਨੇ ਵਿਸ਼ੇਸ਼ ਰੂਪ ਸੇ ਉਪਸਥਿਤ ਹੋ ਕਰ ਇਸ ਲੰਗਰ ਕਾ ਸ਼ੁਭਾਰੰਭ ਕੀਆ। ਇਸ ਮੌਕੇ ਪਰ ਅਤੁਲ ਸਹੋਤਾ, ਸੰਜੀਵ ਵਰਮਾ, ਰਘੁਵੀਰ ਸਿੰਘ, ਗੋਲਡੀ ਗਿੱਲ, ਲਵ ਮੱਟੂ, ਰਾਜਾ, ਪਵਨ, ਰਾਜਿੰਦਰ ਕੁਮਾਰ, ਰਾਹੁਲ ਸਹਿਤ ਅਨਯ ਲੋਕ ਵੀ ਮੌਜੂਦ ਰਹੇ। ਜਲੰਧਰ ਕੈਂਟ ਸੇ ਹਲਚਲ ਕੇ ਲਿਏ ਕੈਮਰਾਮੈਨ ਜਤਿਨ ਰਾਜਪੂਤ ਕੀ ਰਿਪੋਰਟ। ਮੈਂ ਅਜੇ ਪਿਵਾਲ, ਸੋਸ਼ਲ ਵਰਕਰ, ਦੀਪ ਨਗਰ ਤੋਂ। ਮੰਡਾਲੀ ਸ਼ਰੀਫ ਗੱਦੀ ਨਸ਼ੀਨ ਮੋਹਨ ਬਾਬਾ ਜੀ ਸਾਈਂ ਜੀ ਵੱਲੋਂ ਅੱਜ ਲੰਗਰ ਲਗਾਇਆ ਗਿਆ ਚਾਹੇ ਪਕੌੜੇ ਦਾ, ਤਾਂ ਅਸੀਂ ਵੀ ਆਸ਼ੀਰਵਾਦ ਲੈਣ ਬਾਬਾ ਜੀ ਕੋਲ ਪਹੁੰਚੇ ਹਾਂ। ਸਾਰੇ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਬਾਬੇ ਜੀ ਜੈ ਮਸਤਾ ਜੀ, ਜੈ ਸਾਈਆਂ ਦੀ।
ਨਵੇਂ ਸਾਲ ਦੀ ਹਰ ਸਾਲ ਤਰ੍ਹਾਂ ਉਪਲਕਸ਼ ਵਿੱਚ ਚਾਹ ਪਕੌੜੇ ਦਾ ਲੰਗਰ ਲੱਗਿਆ, ਅੰਨੇ ਵਸਤੂਆਂ ਦਾ ਲੰਗਰ ਲੱਗਿਆ ਹੈ ਔਰ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਲੱਗਦਾ ਹੀ ਰਹੇਗਾ। ਲੋਕਾਂ ਨੂੰ ਲੱਖ ਲੱਖ ਮੁਬਾਰਕ ਦਿੰਦੇ ਹੋਏ ਦਰਬਾਰ ਮਡਾਲੀ ਸ਼ਰੀਫ ਦੀਪਨਗਰ ਜਲੰਧਰ ਕੈਂਟ ਤੋਂ ਬਾਬਾ ਮੋਹਨ ਸਾਹਿਬ ਜੀ ਗੱਦੀ ਨਸ਼ੀਨ ਨਮਾਨਪੁਰ ਰੋਡ ਤੋਂ ਔਰ ਸਾਰੀ ਸੰਗਤ ਨੂੰ ਆਸ਼ੀਰਵਾਦ ਦਿੰਦੇ ਹੋਏ। ਅਰਬ ਅੰਤ ਮੇਂ ਹਲਚਲ ਕੀ ਗਤੀਵਿਧੀਆਂ ਪਰ ਇੱਕ ਨਜ਼ਰ ਫਿਰ ਸੇ। जालंधर के अधीन आते गांव डरोली खुर्द में देर रात एक ही परिवार के 5 सदस्यों ने फंदा लगाकर की आत्महत्या, परिवार कर्ज से था परेशान। अमृतसर पुलिस ने अमेरिका में रह रहे तस्कर मनप्रीत उर्फ मनु महावा के 2 साथियों को किया गिरफ्तार। अमृतसर की नेहरू कॉलोनी इलाके में 2 पक्षों में पुरानी रंजिश को लेकर हुआ विवाद, जमकर चली बोतलें व ईंट पत्थर। इसके साथ ही अब तक की गतिविधियां समाप्त होती हैं और ताजा जानकारी के लिए देखते रहिए हलचल।